ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਤੁਹਾਨੂੰ ਦੇਖੋ ਮਸਤ ਭਿੰਡੀ ਖਵਾ ਰਹੇ ਹਾਂ, ਕਹਿੰਦੇ ਮਸਤ ਭਿੰਡੀ ਮਤਲਬ ਡਰਾਈ ਫਰਾਈ ਅਤੇ ਗਰੀਨਿਸ ਗਰੀਨਿਸ ਹਰੀ ਹਰੀ ਭਿੰਡੀ ਖਵਾ ਰਹੇ ਹਾਂ, ਠੀਕ ਹੈ। ਇਹਨੂੰ ਖਾਓ ਚਪਾਤੀ ਨਾਲ ਨਾਲ ਪਾਓ ਫਿਰ ਰਾਇਤਾ ਅਤੇ ਕਿੰਨਾ ਟੇਸਟੀ ਲੱਗੇਗਾ। ਹੁਣ ਅੱਗੋਂ ਤੁਹਾਨੂੰ ਦੱਸਦੇ ਅਸੀਂ ਕਿਵੇਂ ਬਣਾਉਣੀ ਹੈ ਇਹਨੂੰ। ਭਿੰਡੀਆਂ ਨੂੰ ਧੋ ਕੇ ਵਾਸ਼ ਕਰਕੇ ਡਰਾਈ ਕਰਕੇ ਅਤੇ ਇਹਨੂੰ ਸਾਰਾ ਕਲੀਨ ਕਰਕੇ ਉਸ ਤੋਂ ਬਾਅਦ ਅਸੀਂ ਇਹਨੂੰ ਛੋਟੇ ਛੋਟੇ ਪੀਸੇ 'ਚ ਕੱਟ ਲਿਆ। ਮਤਲਬ ਜਿਹੜੀ ਤੁਸੀਂ ਅੱਜ ਭਿੰਡੀ ਖਾਓਗੇ ਨਾ ਤੁਸੀਂ ਮੂੰਹ ਤੋਂ ਲੱਥੇਗੀ ਨਹੀਂ, ਡਰਾਈ ਡਰਾਈ ਭਿੰਡੀ ਬਣੇਗੀ ਔਰ ਇੰਨੀ ਵਧੀਆ ਹਰੀ ਦੀ ਹਰੀ ਰਹੇਗੀ। ਅਤੇ ਇਹਦੇ ਲਈ ਅਸੀਂ ਜੋ ਜੋ ਰੱਖਿਆ ਹੈ ਅਤੇ ਅਸੀਂ ਕੱਟ ਲਈਆਂ ਭਿੰਡੀਆਂ ਸਾਰੀਆਂ। ਤਿੰਨ ਪਿਆਜ਼ ਸੀ ਮੀਡੀਅਮ ਸਾਈਜ਼, ਬਰੀਕ ਬਰੀਕ ਕੱਟਣੇ ਆ। ਇਹ ਲਸਣ ਹੈ, ਲਸਣ ਦੀਆਂ ਕਲੀਆਂ ਸੀ, ਉਹਨੂੰ ਅਸੀਂ ਛਿੱਲ ਕੇ ਫਿਰ ਅੱਛੀ ਤਰ੍ਹਾਂ ਕੁੱਟ ਲਿਆ। ਇਹ ਹਰੀਆਂ ਮਿਰਚਾਂ ਅਸੀਂ ਇਹਨੂੰ ਹਮੇਸ਼ਾ ਮਤਲਬ ਦੋ 'ਚ ਕੱਟਦੇ ਹਾਂ। ਉਹਦਾ ਰੀਜ਼ਨ ਹੁੰਦਾ ਕਿ ਵੀ ਮੂੰਹ 'ਚ ਅਗਰ ਕੋਈ ਮਿਰਚ ਆ ਜਾਵੇ ਤਾਂ ਪਤਾ ਚੱਲ ਜਾਵੇ ਕੱਢਦੇ ਹੋਏ, ਮੈਂ ਸਿੱਧੀ ਡਾਇਰੈਕਟ ਨਾਲ ਚੱਲੇ। ਛੋਟੀ ਹੋਏਗੀ ਤਾਂ ਦਿਖੇਗੀ ਨਹੀਂ ਕਿਉਂਕਿ ਭਿੰਡੀਆਂ ਵੀ ਹਰੀਆਂ ਅਤੇ ਸਾਡੀਆਂ ਮਿਰਚਾਂ ਵੀ ਹਰੀਆਂ ਅਤੇ ਇਹ ਕਰੀ ਪੱਤਾ ਸਾਡੇ ਘਰ ਫਰੈਸ਼ ਲੱਗਾ ਹੋਇਆ, ਠੀਕ ਹੈ ਜੀ। ਇੱਕ ਟਮਾਟਰ ਛੋਟਾ ਜਿਹਾ ਇਹ ਕੱਟ ਲਿਆ ਨਾਲੇ ਰੱਖਦੀ ਹੈ ਜੀ। ਅਸੀਂ ਹੁਣ ਅਸੀਂ ਪਾ ਰਹੇ ਹਾਂ ਜੀ ਇਹ ਮਸਟਰਡ ਆਇਲ, ਜਿਹਦੇ 'ਚ ਸਾਡੀ ਕਰਾਰੀ ਅਤੇ ਬੜੀ ਵਧੀਆ ਸਵਾਦਿਸ਼ਟ ਭਿੰਡੀ ਬਣੇਗੀ। ਸਰੋਂ ਦਾ ਤੇਲ ਸਾਡਾ ਇਸ ਤਰ੍ਹਾਂ ਗਰਮ ਹੋਣਾ ਚਾਹੀਦਾ, ਠੀਕ ਹੈ। ਹੁਣ ਮੈਂ ਕਰ ਲੈਂਦੀ ਹੁੰਦੀ ਹਾਂ ਬੰਦ ਹਮੇਸ਼ਾ ਗੈਸ, ਕਿਉਂਕਿ ਜਿਹੜੀਆਂ ਚੀਜ਼ਾਂ ਪਾਵਾਂਗੇ ਉਹ ਸੜ ਨਾ ਜਾਣ। ਅਸੀਂ ਪਾਵਾਂਗੇ ਜੀਰਾ, ਥੋੜ੍ਹੀ ਜਿਹੀ ਅਜਵਾਇਣ, ਇਹਦਾ ਟੇਸਟ ਵੀ ਹੋਰ ਹੁੰਦਾ। ਅਤੇ ਨਾਲੇ ਅਸੀਂ ਲਸਣ ਜਿਹੜੀ ਕੁੱਟੀ ਹੋਈ ਹੈ ਉਹ ਅਸੀਂ ਪਾ ਦਿੱਤੀ ਹੈ। ਦੇਖੋ ਹਜੇ ਵੀ ਮੈਂ ਗੈਸ ਔਨ ਨਹੀਂ ਕੀਤਾ, ਉਹਦਾ ਰੀਜ਼ਨ ਹੈ ਕਿ ਸਾਡੀ ਜਿਹੜਾ ਅਸੀਂ ਇੱਥੇ ਪਾਇਆ ਸੜੇ ਨਾ, ਕਿਉਂਕਿ ਲਸਣ ਦਾ ਟੇਸਟ ਬਹੁਤ ਅੱਛਾ ਆਉਂਦਾ ਇਹਦੇ ਵਿੱਚ। ਅਸੀਂ ਹੁਣ ਪਿਆਜ਼ ਵੀ ਪਾ ਦਿੱਤੇ, ਨਾਲੇ ਅਸੀਂ ਪਾ ਦਿੱਤੇ ਨੇ ਜੀ ਕਰੀ ਪੱਤਾ। ਹੁਣ ਪਿਆਜ਼ ਦਾ ਕੱਚਾ ਪਾਣੀ ਅਸੀਂ ਅੱਛੀ ਤਰ੍ਹਾਂ ਕੱਢਣਾ ਹੈ, ਭੁੰਨ ਕੇ ਅੱਛੀ ਤਰ੍ਹਾਂ। ਹੁਣ ਅਸੀਂ ਕੱਟੀ ਪਾ ਦਾਂਗੇ ਹਰੀ ਮਿਰਚ, ਦੇਖੋ ਸਾਡਾ ਮਸਾਲਾ ਕਿੰਨਾ ਅੱਛਾ ਭੁੱਜ ਰਿਹਾ। ਦੇਖੋ ਜਿਵੇਂ ਹੁਣ ਪਿਆਜ਼ ਥੋੜ੍ਹਾ ਜਿਹਾ ਚਿੱਟਾਪਨ ਹੋ ਗਿਆ, ਹੁਣ ਅਸੀਂ ਪਾਵਾਂਗੇ ਟਮਾਟਰ। ਲਓ ਜੀ ਸਾਡਾ ਮਸਾਲਾ ਦੇਖੋ ਭੁੱਜ ਗਿਆ ਟਮਾਟਰ, ਹੁਣ ਅਸੀਂ ਇਹ 'ਚ ਪਾਵਾਂਗੇ ਭਿੰਡੀਆਂ। ਅਜੇ ਅਸੀਂ ਸੁੱਕੇ ਮਸਾਲੇ ਬਿਲਕੁਲ ਨਹੀਂ ਪਾਉਣੇ, ਦੇਖੋ ਜੀ ਮੀਡੀਅਮ ਕਰ ਦਿਓ, ਲੋਅ ਕਰਤਾ ਮੈਂ ਥੋੜ੍ਹਾ ਗੈਸ। ਸਾਰੇ ਭਿੰਡੇ ਪਾ ਕੇ ਫਿਰ ਅਸੀਂ ਉਹਨੇ ਇੱਕ ਵਾਰੀ ਮਿਕਸ ਕਰ ਦਾਂਗੇ, ਇਹਨੂੰ ਮਿਕਸ ਕਰਾਂਗੇ ਨਾਲੇ ਥੋੜ੍ਹੀ ਜਿਹੀ ਅਸੀਂ ਗੈਸ ਤੇਜ਼ ਰੱਖਾਂਗੇ ਇੱਕ ਮਿੰਟ ਵਾਸਤੇ। ਮੈਂ ਮਿਕਸ ਕਰਤਾ, ਹੁਣ ਅਸੀਂ ਇਹਨੂੰ ਥੋੜ੍ਹਾ ਕਰ ਦਾਂਗੇ ਅਸੀਂ ਮੀਡੀਅਮ ਕਰ ਦਾਂਗੇ, ਲੋਅ ਨਹੀਂ ਕਰਨਾ ਜ਼ਿਆਦਾ। ਹੁਣ 7-8 ਮਿੰਟ ਨੂੰ ਪੱਕਣ ਦੇਵਾਂਗੇ, ਫਿਰ ਅਸੀਂ ਇੱਥੇ ਸੁੱਕੇ ਮਸਾਲੇ ਐਡ ਕਰਾਂਗੇ। ਦੋ ਦੇਖੋ ਸਾਡੀਆਂ ਆਲਮੋਸਟ ਭਿੰਡੀਆਂ ਦੇਖੋ ਵੀ ਦੇਖਦੇ ਹੋ ਗਏ, 5-6 ਮਿੰਟ ਹੋ ਗਏ, 7-8 ਮਿੰਟ ਹੋ ਗਏ, ਕਲਰ ਦੇਖੋ ਚੇਂਜ ਹੋ ਗਿਆ। ਹੁਣ ਅਸੀਂ ਇੱਥੇ ਸੁੱਕੇ ਮਸਾਲੇ ਪਾਵਾਂਗੇ ਸਾਰੇ। ਲੋਹੇ ਦੇਖੋ ਅਸੀਂ ਹੁਣ ਅਸੀਂ ਸੁੱਕੇ ਮਸਾਲੇ ਪਾ ਰਹੇ ਹਾਂ, ਮੈਂ ਲੋਅ ਕਰਤਾ ਹੈ ਗੈਸ। ਸਭ ਤੋਂ ਪਹਿਲਾਂ ਅਸੀਂ ਟੇਸਟ ਅਨੁਸਾਰ ਨਮਕ ਪਾਵਾਂਗੇ, ਫਿਰ ਅਸੀਂ ਪਾਵਾਂਗੇ ਹਲਦੀ, ਫਿਰ ਅਸੀਂ ਪਾਵਾਂਗੇ ਧਨੀਆ ਪਾਊਡਰ, ਜੀਰਾ ਪਾਊਡਰ ਪਾਵਾਂਗੇ ਥੋੜ੍ਹਾ ਜਿਹਾ, ਅਸੀਂ ਐਸੀ ਭੁੰਨਿਆ ਹੋਇਆ ਵਾ, ਥੋੜ੍ਹੀ ਪਾਵਾਂਗੇ ਕਾਲੀ ਮਿਰਚ,
ਤੇ ਪਾਵਾਂਗੇ ਲਾਸਟ ਵਿੱਚ ਜਿਹੜਾ ਦੇਗੀ ਮਿਰਚ। ਹੁਣ ਇੱਕ ਮੈਂ ਤੁਹਾਡੇ ਸਾਹਮਣੇ ਇਹਨੂੰ ਮਿਕਸ ਕਰ ਦਿੰਦੇ ਹਾਂ। ਦੇਖੋ ਹਜੇ ਮੈਂ ਇਹਨੂੰ ਘੱਟ ਹੀ ਰੱਖਿਆ, ਲੋਅ ਸਪੀਡ ਰੱਖਿਆ। ਦੇਖ ਰਹੇ ਹੋ ਤੁਸੀਂ, ਦੇਖ ਕਦਰ ਹੀ ਸਾਨੂੰ ਇੰਨਾ ਵਧੀਆ ਲੱਗ ਰਿਹਾ ਤੇ ਖਾਣ 'ਚ ਕਿੰਨੀ ਟੇਸਟੀ ਹੋ ਜਾਂਦੀ ਹੈ, ਹੈ ਨਾ। ਇਸ ਕਰਕੇ ਤੁਸੀਂ ਵੀ ਇਹੋ ਜਿਹੀ ਭਿੰਡੀ ਬਣਾਓ ਅਤੇ ਖਾਓ। ਅੱਜ ਤੁਹਾਨੂੰ ਅਸੀਂ ਇਹੋ ਜਿਹੀ ਭਿੰਡੀ ਬਣਾ ਕੇ ਖਵਾ ਰਹੇ ਹਾਂ। ਬਣਾ ਕੇ ਇਹਨੂੰ ਡਰਾਈ ਭਿੰਡੀ ਵੀ ਕਹਾਂਗੇ ਅਸੀਂ, ਫਰਾਈ ਡਰਾਈ ਭਿੰਡੀ। ਗ੍ਰੀਨਿਸ਼ ਦਾ ਕਲਰ ਵੀ ਚੇਂਜ ਨਹੀਂ ਹੋਏਗਾ ਭਿੰਡੀ ਦਾ, ਪਰ ਪੱਕ ਵੀ ਜਾਏਗੀ। ਹਜੇ ਇਹਨੂੰ ਥੋੜ੍ਹਾ ਜਿਹਾ ਹੋਰ ਖਾਂਗੇ ਅਸੀਂ, ਠੀਕ ਹੈ। ਲਓ ਜੀ ਅਸੀਂ ਉਹਦੇ ਵਿੱਚ ਥੋੜ੍ਹਾ ਜਿਹਾ ਪਾ ਰਹੇ ਹਾਂ ਹੋਰ ਚਟਕਾਰੇ ਬਣਾਉਣ ਵਾਸਤੇ, ਅਮਚੂਰ ਦਾ ਪਾਊਡਰ। ਹੁਣ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਦਾਂਗੇ। ਚਟਕਾਰੇਦਾਰ ਭਿੰਡੀ ਕਿਵੇਂ ਤਿਆਰ ਹੋ ਰਹੀ ਹੈ ਕਿ ਕਹਿੰਦੀ ਹੋਏਗੀ ਮੈਨੂੰ ਫਟਾਫਟ ਖਾਣ, ਅਸੀਂ ਵੀ ਵੇਸਟ ਕਰ ਰਹੇ ਹਾਂ ਕਿਵੇਂ ਬਣਿਆ ਤਾਂ ਕਦੋਂ ਹੀ ਖਾਈਏ। ਸਾਡੀ ਚਟਪਟੀ ਅਤੇ ਮਜ਼ੇਦਾਰ ਟੇਸਟੀ ਟੇਸਟੀ ਭਿੰਡੀ ਆਲਮੋਸਟ ਤਿਆਰ ਹੋਣ ਵਾਲੀ ਹੈ। ਮੂੰਹ 'ਚ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ। ਨਾਲ ਅਸੀਂ ਰਾਇਤਾ ਬਣਾ ਕੇ ਪਹਿਲਾਂ ਰੱਖ ਲਿਆ ਫਰਿੱਜ ਵਿੱਚ ਅਤੇ ਚਪਾਤੀਆਂ ਬਣ ਰਹੀਆਂ ਨੇ ਅਤੇ ਜਦੋਂ ਖਾਵਾਂਗੇ ਥੋੜ੍ਹਾ ਹੀ ਨਮਕ ਜਦੋਂ ਟੇਸਟ ਕਰਨਾ ਅਸੀਂ ਚੈੱਕ ਕੀਤੀ ਨਾ ਤਾਂ ਬੜਾ ਮਜ਼ਾ ਆਇਆ ਖਾਣ ਦਾ। ਇਸੇ ਤੁਸੀਂ ਵੀ ਬਣਾਓ ਅਤੇ ਤੁਸੀਂ ਵੀ ਟੇਸਟੀ ਟੇਸਟੀ ਇਸੇ ਤਰ੍ਹਾਂ ਦੀ ਬਣਾਉਣਾ। ਅਜੇ ਤੁਹਾਨੂੰ ਅਸੀਂ ਹੋਰ ਦੱਸਦੇ ਹਾਂ ਨੇ ਕੀ ਕਰਨਾ। ਲਓ ਜੀ ਸਾਡੇ ਚਟਕਾਰੇਦਾਰ ਅਤੇ ਟੇਸਟੀ ਟੇਸਟੀ ਭਿੰਡੀਆਂ ਤਿਆਰ ਹੋ ਗਈਆਂ ਨੇ, ਠੀਕ ਹੈ ਜੀ। ਚਟਕਾਰੇਦਾਰ ਭਿੰਡੀ ਨਾਲ ਰਾਇਤਾ ਅਤੇ ਨਾਲ ਚਪਾਤੀ ਨਾਲ ਖਾਓ ਭਿੰਡੀ, ਚਟਕਾਰੇਦਾਰ ਮਸਾਲੇਦਾਰ ਅਤੇ ਮਜ਼ੇਦਾਰ। ਅਤੇ ਮੈਨੂੰ ਕਮੈਂਟ 'ਚ ਦੱਸਣਾ ਕਿਹੋ ਜਿਹੀ ਬਣੀ ਜੇ ਤੁਸੀਂ ਬਣਾਈ ਹੈ। ਅਤੇ ਅਸੀਂ ਇਹਨੂੰ ਪਰਾਂਠੇ ਨਾਲ ਵੀ ਖਾਓਗੇ ਤਾਂ ਬੜੀ ਟੇਸਟੀ ਲੱਗੇਗੀ। ਅਤੇ ਖਾਂਦੇ ਰਹੋ ਅਤੇ ਬਣਾਉਂਦੇ ਰਹੋ ਅਤੇ ਮੈਨੂੰ ਕਮੈਂਟ ਕਰਦੇ ਰਹੋ। ਥੈਂਕ ਯੂ।